ਹੱਕੇ ਲੈ ਲੈ ਕੇ ਰੋਂਦਾ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ। ਦਰਅਸਲ 8 ਸਾਲ ਪਹਿਲਾਂ ਅਮਰੀਕਾ ਗਏ ਇਸ ਪੁੱਤ ਨੂੰ ਸੁੱਤੇ ਪਏ ਨੂੰ ਹੀ ਹਾਰਟ ਅਟੈਕ ਆ ਗਿਆ ਤੇ ਉੱਥੇ ਹੀ ਇਸਦੀ ਜਾਨ ਨਿਕਲ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ 6 ਫਰਵਰੀ ਨੂੰ ਵਿਆਹ ਰੱਖਿਆ ਗਿਆ ਸੀ ਤੇ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਖਬਰ ਇਸ ਪਰਿਵਾਰ ਕੋਲ ਪਹੁੰਚੀ ਜਿਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਅਲਾਵਲਵਾਲ ਦਾ ਇਹ ਰਹਿਣ ਵਾਲਾ ਨੌਜਵਾਨ ਸੀ ਅਜੇਪਾਲ ਸਿੰਘ, ਜੋ ਕਿ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਚੰਗੇ ਭਵਿੱਖ ਲਈ। ਉੱਥੋਂ ਦੀ ਸਿਟੀਜ਼ਨਸ਼ਿਪ ਵੀ ਇਸ ਨੂੰ ਮਿਲ ਚੁੱਕੀ ਸੀ ਅਤੇ ਹੁਣ ਪਰਿਵਾਰ ਇਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਮੰਗਣੀ ਹੋ ਚੁੱਕੀ ਸੀ 6 ਫਰਵਰੀ ਨੂੰ ਇਸ ਨੌਜਵਾਨ ਦਾ ਵਿਆਹ ਹੋਣਾ ਸੀ ਤੇ ਮਾਪਿਆਂ ਨੂੰ ਆਪਣੇ ਪੁੱਤ ਦੇ ਵਿਆਹ ਦਾ ਚਾਅ ਵੀ ਬਹੁਤ ਸੀ। ਜਿੱਥੇ ਇੱਕ ਪਾਸੇ ਤਾਂ ਪਰਿਵਾਰ ਖੁਸ਼ੀਆਂ ਦੇ ਵਿੱਚ ਇਹ ਵਿਆਹ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਸੀ, ਤਾਂ ਇਹਨਾਂ ਦੇ ਘਰ ਅਚਾਨਕ ਇਹ ਖਬਰ ਪਹੁੰਚਦੀ ਹੈ ਕਿ ਉਹਨਾਂ ਦੇ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਮਾਪਿਆਂ ਨੇ ਦੱਸਿਆ ਹੈ ਕਿ ਅਜੇਪਾਲ ਆਪਣੇ ਸਾਥੀਆਂ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾ ਕੇ ਸੁੱਤਾ ਹੋਇਆ ਸੀ, ਤਾਂ ਜਦੋਂ ਰਾਤ ਨੂੰ ਉਸਦੇ ਇੱਕ ਸਾਥੀ ਦੀ ਜਾਗ ਖੁੱਲੀ ਤਾਂ ਉਸਨੇ ਦੇਖਿਆ ਹੈ ਕਿ ਅਜੇਪਾਲ ਕੋਈ ਹਰਕਤ ਨਹੀਂ ਕਰ ਰਿਹਾ। ਉਸਦੀ ਬਾਂਹ ਵੀ ਬੈੱਡ ਤੋਂ ਹੇਠਾਂ ਲਟਕੀ ਹੋਈ ਹੈ। ਜਿਵੇਂ ਉਸਨੇ ਬਾਂਹ ਚੁੱਕੀ ਤਾਂ ਉਸਨੂੰ ਅਹਿਸਾਸ ਹੋਇਆ ਕਿ ਇਸਦੇ ਸਰੀਰ ਵਿੱਚ ਵੀ ਕੋਈ ਹਲਚਲ ਨਹੀਂ ਹੋ ਰਹੀ ਹੈ। ਅਜੇਪਾਲ ਨੂੰ ਬੇਹੱਦ ਆਵਾਜ਼ਾਂ ਦਿੱਤੀਆਂ ਗਈਆਂ, ਉਠਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਅਜੇਪਾਲ ਨਹੀਂ ਜਾਗਿਆ ਤਾਂ ਫਿਰ ਉੱਥੇ ਪੁਲਿਸ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਉਸਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਡਾਕਟਰਾਂ ਨੇ ਫਿਰ ਜਵਾਬ ਦੇ ਦਿੱਤਾ ਕਿ ਅਜੇਪਾਲ ਦੀ ਮੌਤ ਹੋ ਚੁੱਕੀ ਹੈ, ਸਾਇਲੈਂਟ ਅਟੈਕ ਦੇ ਕਾਰਨ ਉਸਦੀ ਜਾਨ ਚਲੀ ਗਈ ਹੈ। ਉਧਰ ਮਾਪਿਆਂ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ। ਮਾਂ ਵੀ ਧਾਹਾਂ ਮਾਰ ਮਾਰ ਕੇ ਰੋ ਰਹੀ ਹੈ ਕਿ ਉਸਦੇ ਜਵਾਨ ਪੁੱਤ, ਜਿਸ ਨੂੰ ਬੜੇ ਚਾਵਾਂ ਨਾਲ ਸੇਰਾ ਲਾ ਕੇ ਲਾੜਾ ਬਣਾ ਕੇ ਘੋੜੀ ਤੇ ਬਿਠਾਉਣਾ ਸੀ, ਵਿਆਹ ਕਰਨਾ ਸੀ, ਤਿਆਰੀਆਂ ਚੱਲ ਰਹੀਆਂ ਸਨ, ਤਾਂ ਇਸੇ ਵਿਚਾਲੇ ਉਹਨਾਂ ਦੇ ਪੁੱਤ ਦੀ ਮੌਤ ਦੀ ਖਬਰ ਉਹਨਾਂ ਲਈ ਕਹਿਰ ਬਣ ਕੇ ਆਈ ਹੈ। ਹੁਣ ਇਹ ਪਰਿਵਾਰ ਉਡੀਕ ਕਰ ਰਿਹਾ ਹੈ ਕਿ ਕਦੋਂ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਘਰ ਪਹੁੰਚੇਗੀ ਤੇ ਉਹ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖ ਸਕਣਗੇ। ਮਾਪੇ ਇਸੇ ਉਡੀਕ 'ਚ ਬੈਠੇ ਹੋਏ ਨੇ ਤੇ ਰੋ ਰੋ ਬੁਰਾ ਹਾਲ ਹੋ ਗਿਆ ਹੈ। ਕੱਛਾ ਸਾਹਿਬ ਜੀ, ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ। ਹਾਂਜੀ, 4 ਜਾਣੇ ਸੀਗੇ ਜਿਹੜੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ। ਆਣ ਕੇ ਰੋਜ਼ਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਧਾ ਆ, ਆਪਣੇ ਡਿਨਰ ਕੀਤਾ ਆ ਕਰਕੇ, ਅਤੇ ਕੋਈ ਕਰੀਬ 11 ਵਜੇ ਦੇ ਨਾਲੇ ਮਤਲਬ ਸੁੱਤੇ ਨੇ। 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਔਨਲਾਈਨ ਸੀਗਾ, ਹਾਂਜੀ, ਅਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਵਜੇ ਦੇ ਨਾਲ ਆਪਾਂ ਸੁੱਤੇ ਹਾਂ। ਉਹ ਤੋਂ ਬਾਅਦ ਸੌਂ ਗਏ ਨੇ 4 ਵਜੇ ਦੇ ਕਰੀਬ। ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਆ ਉਹ ਬਾਥਰੂਮ ਵਾਸਤੇ ਉੱਠਿਆ ਆ। ਜਦੋਂ ਉੱਠਿਆ ਤਾਂ ਉਦੋਂ ਉਹਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੇਪਾਲ, ਇਹਦੀ ਬਾਂਹ ਜਿਹੜੀ ਆ ਇਸ ਤਰ੍ਹਾਂ ਥੱਲੇ ਲਮਕੀ ਆ, ਅਤੇ ਉਹਨੇ ਉਹਨੂੰ ਬਾਂਹ ਚੁੱਕ ਕੇ ਅਤੇ ਜਦੋਂ ਬਾਂਹ ਉੱਤੇ ਰੱਖੀ ਆ, ਉਹਨੂੰ ਸ਼ੱਕ ਪਿਆ ਕਿ ਬਾਂਹ ਦੀ ਹਰਕਤ ਨਹੀਂ ਕੋਈ ਵੀ ਹੈਗੀ। ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਆ, ਹਿਲਾ ਕੇ ਇਹਨੂੰ ਆਵਾਜ਼ਾਂ ਮਾਰੀਆਂ ਨੇ, ਅੱਗੋਂ ਨਾ ਕੋਈ ਆਵਾਜ਼ ਆਈ ਹੈ ਅਤੇ ਨਾ ਇਹਨੇ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ। ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੇਪਾਲ ਆਵਾਜ਼ ਨਹੀਂ ਦੇ ਰਿਹਾ, ਪਤਾ ਨਹੀਂ ਕੀ ਗੱਲ ਆ। ਉਹ ਤੋਂ ਬਾਅਦ ਉਹਨਾਂ ਨੇ ਫਿਰ ਪੁਲਿਸ ਨੂੰ ਜਿਹੜੀ ਉਹ ਰਿਪੋਰਟ ਕੀਤੀ ਆ, ਅਤੇ ਕੋਈ 12 ਕੁ ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ 'ਤੇ ਪਹੁੰਚ ਗਈ ਆ। ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁੱਢਲੀ ਸਹਾਇਤਾ ਹੁੰਦੀ ਆ, ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ। ਲੇਕਿਨ ਉਹ ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਕਿ ਨਹੀਂ, ਬੇਟੇ ਦੀ
ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ। ਜਿਹੜਾ ਸਾਡਾ ਮੇਰਾ ਵੀਰ ਅਜੇ ਪਾ ਲਿਆ ਉਹ ਨਹੀਂ ਠੀਕ, ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗ ਗਈ ਆ ਨਹੀਂ ਮੇਰੇ ਕੋਲ ਥੋੜ੍ਹਾ ਜਿਹਾ ਪਹਿਲੋਂ। ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ। ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉੱਧਰੋਂ ਰੋਂਦੇ ਆਉਂਦੇ ਆ। ਮੈਂ ਉੱਠ ਕੇ ਵਾਰ ਵਾਰ ਉਹਨਾਂ ਨੂੰ ਪੁੱਛਦਾ ਕੀ ਹੋਇਆ ਕੀ ਹੋਇਆ। ਫਿਰ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਅਟੈਕ ਹੋ ਗਿਆ, ਅਜੇ ਪਾਲ ਦੀ ਡੈਥ ਹੋ ਚੁੱਕੀ ਹੈ। ਅਜੇ ਸਾਲ ਮੇਰਾ ਮਤਲਬ ਸਾਡੇ ਦਾ ਲੜਕਾ ਭਤੀਜਾ ਹੀ ਹੋਇਆ ਆਪਣਾ, ਅਤੇ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਦੋਵੇਂ ਇਕੱਠੇ ਗਏ USA ਇਕੱਠੇ ਗਏ ਸੀ। ਬੜਾ ਵਧੀਆ ਇਹਨਾਂ ਦਾ ਉੱਥੇ ਆਪਸ ਮੇਂ ਕਾਰੋਬਾਰ ਚੱਲ ਰਿਹਾ ਸੀ, ਠੀਕ ਸੀ, ਬਹੁਤ ਵਧੀਆ। ਆਹ ਬੀਤੀ 26-27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ 4 ਜਣੇ ਬੈਠੇ, ਰੋਟੀ ਪਾਣੀ ਖਾਧਾ ਇਹਨਾਂ ਆਪਸ ਮੇਂ। ਰੋਟੀ ਪਾਣੀ ਖਾਣ ਤੋਂ ਬਾਅਦ ਟੈਲੀਫੋਨ 'ਤੇ ਗੱਲ ਕਰਦਾ ਕਰਦਾ ਸੋਫੇ 'ਤੇ ਲੰਮੇ ਪੈਣ ਲੱਗਾ। ਅਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਆਉਣ ਦੀ ਆ, ਸਵੇਰੇ ਫਿਰ ਆਪਣਾ ਉੱਠਣਾ ਅਤੇ ਚਲੋ ਸੋਨੇ ਆਪਾਂ। ਇਹਨੂੰ ਬਜਾਏ ਠੋਣ ਦੀ ਆਉਂਦੇ ਵੀ ਨੀਂਦ ਨਾ ਖਰਾਬ ਹੈ, ਚਲੋ 2 ਜਣੇ ਫੜ ਕੇ ਅਤੇ ਚੁੱਕ ਕੇ ਬੈੱਡ 'ਤੇ ਪਾ ਤਾ। ਮੁੜ ਕੇ ਆਉਂਦੇ ਚੱਲ ਆਪਾਂ ਵੀ ਸੌਂ ਜਾਈਏ, ਸਵੇਰੇ ਆਪਾਂ ਸੁੱਖ 'ਤੇ ਉੱਠ ਕੇ ਆਪਣੇ ਘਰ ਵੱਧ ਜਾਣਾ, ਅਤੇ ਉਹ ਵੀ ਸੌਂ ਗਿਆ। ਕੋਈ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ, ਅਤੇ ਉੱਠ ਕੇ ਉਹਨੇ ਵੇਖਿਆ ਵੀ ਅਜੇਪਾਲ ਸਿੰਘ ਦੀ ਬਾਂਹ ਜਿਹੜੀ ਹੈ ਨਾ ਥਾਂ ਲਮਕੀ ਹੈ ਬੈੱਡ ਤੋਂ। ਅਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਂਹ ਨੂੰ ਤਾਂ ਕਰਾਂ, ਅਤੇ ਉਹ ਜਦੋਂ ਤਾਂ ਕਰਦਾ ਹੇਠਾਂ ਜੇ 2 ਵਾਰਾਂ ਉਹਨੇ ਕੀਤਾ ਅਤੇ ਉਹਨੂੰ ਕੋਈ ਹਿਲਜੁਲ ਮਹਿਸੂਸ ਨਹੀਂ ਹੋਈ। ਉਹਨੇ ਫਿਰ ਉਹਨੂੰ ਹਿਲਾਇਆ ਹਲੋਇਆ ਵੀ ਅਜੇਪਾਲ ਉੱਠ ਅਜੇਪਾਲ ਉੱਠ, ਪਰ ਅਜੇਪਾਲ ਨੇ ਆਵਾਜ਼ ਨਹੀਂ ਦਿੱਤੀ। ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਉਠਾਇਆ, ਉਹਨਾਂ ਵੀ ਉੱਠ ਕੇ ਆਵਾਜ਼ਾਂ ਵੁਜਾਂ ਮਾਰੀਆਂ, ਪਰ ਉਹ ਅੱਗੋਂ ਨਹੀਂ ਆਵਾਜ਼ ਨਹੀਂ ਦਿੱਤੀ। ਫਿਰ ਉਹਨਾਂ ਨੇ ਲਾਲ ਹੋ ਕੇ ਫਿਰ ਨਹੀਂ ਗੱਲ ਬਣੀ, ਫਿਰ ਉਹਨਾਂ ਪੁਲਿਸ ਨੂੰ ਫੋਨ ਕੀਤਾ। ਉਹਨਾਂ ਕਿਹਾ ਵੀ ਤੁਸੀਂ ਇਹਨੂੰ ਥੋੜ੍ਹੀ ਮੁੱਢਲੀ ਸਹਾਇਤਾ ਦਿਉ, ਮਤਲਬ ਇਹਦਾ ਪੰਪਿੰਗ ਪੁੰਪਿੰਗ ਕਰੋ, ਅਤੇ ਅਸੀਂ ਮਤਲਬ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ ਹਾਂ। ਤੋਂ 15-20 ਮਿੰਟ ਬਾਅਦ ਪੁਲਿਸ ਆ ਗਈ ਨਾਲ, ਆਪਣੀ ਐਂਬੂਲੈਂਸ ਲੈ ਕੇ ਨਾਲ ਆ ਗਈ ਹੈ, ਅਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਅਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਅਤੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਹੈ। ਪਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ, ਜਿੱਦਾਂ ਬਿਜਲੀ ਦੇ ਸ਼ੋਰਟ ਲਾਏ ਨੇ ਜਾਂ ਨੱਕ ਰਾਹੀਂ ਪਾਈਪ ਪਾਈ ਜਾਂ ਗਲੇ ਰਾਹੀਂ ਪਾਈਪ ਪਾ ਕੇ ਉਹਨਾਂ ਪੂਰਾ ਆਪਣਾ ਜਿਹੜਾ ਇਗਜ਼ਾਮ ਜਿੱਦਾਂ ਕਰਦੇ ਉਹ ਕੀਤਾ ਉਹਨਾਂ, ਅਤੇ ਫਸਟ ਏਡ ਪੂਰੀ ਦਿੱਤੀ ਉਹਨਾਂ ਨੇ। ਉਹਨਾਂ ਵੱਲੋਂ ਕੋਈ ਨਹੀਂ ਮਤਲਬ ਕੁਤਾਹੀ ਵਰਤੀ ਕਿ ਉਹਨਾਂ ਪੂਰਾ ਇਹਦਾ ਖਿਆਲ ਰੱਖਿਆ। 1.5-2 ਘੰਟੇ ਬਾਅਦ ਜਦੋਂ ਉਹ ਬਾਹਰ ਆਏ ਅਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹਦੀ ਐਕਸਪਾਇਰ ਹੋ ਚੁੱਕਾ ਹੈ, ਮਤਲਬ ਇਹਦਾ ਮਤਲਬ ਇਹ ਫਿਰ ਪੁੱਛਿਆ ਵੀ ਇਹਦਾ ਕਾਰਨ ਕੀ ਬਣਿਆ ਕਿ ਉਹਨਾਂ ਕਿਹਾ ਵੀ ਇਹਨੂੰ ਸਾਇਲੈਂਟ ਅਟੈਕ ਆਇਆ। ਬਾਕੀ ਜੋ ਉਹਨਾਂ ਦਾ ਪ੍ਰੋਸੈਸ ਆ ਉਹਦੇ ਹਿਸਾਬ ਨਾਲ ਕੀ ਉਹਨਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਮਿਲਣਗੀਆਂ, ਅਤੇ ਬਾਕੀ ਸਾਨੂੰ ਤਾਂ ਬਹੁਤ ਵੱਡਾ ਸਦਮਾ ਪੁੱਛ ਉਹ ਗੱਲ ਕਹਿਣ ਵਾਲੀ ਨੇ। ਅਤੇ ਬਾਕੀ ਹਾਂ ਮੈਂ ਇਕੱਠੇ ਗਏ ਸੀ ਕੋਈ 8 ਸਾਲ ਪਹਿਲਾਂ, 16 'ਚ ਗਏ, 2016 'ਚ ਬਥੇਰਾ ਬੇਟਾ ਰੁੱਲਦਾ। ਮੈਂ ਉੱਠਦਾ ਨਹੀਂ, ਮੈਂ ਉੜ ਪੁੱਤੇ ਨੇ ਕਿੱਥੋਂ ਉੱਠਣਾ, ਜਿੱਥੇ ਗੁਰੂ ਮਹਾਰਾਜ ਦੇ ਪਣਾ ਮੰਨਣਾ ਪੈਣਾ ਕੀ ਕਰ ਸਕਦੇ ਹਾਂ। ਬਹੁਤ ਵੱਡਾ ਸਦਮਾ ਜੀ, ਪਰਮਾਤਮਾ ਹੁਣ ਉਹਦੀ ਅਰਦਾਸ ਕਰਦੇ ਪਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਦੇਵੇ, ਸਾਨੂੰ ਸਾਰਾ ਰਿਸ਼ਤੇਦਾਰ ਭੈਣ ਭਰਾ ਪਾਉਣਾ ਮਤਲਬ ਬਲ ਪੱਛੇ, ਹੋਰ ਕੀ ਕਰ ਸਕਦੇ ਗੁਰੂ ਮਹਾਰਾਜ ਦੇ ਅੱਗੇ, ਹੋਰ ਅਰਦਾਸ ਕਰਦੇ। ਬਾਕੀ ਉੱਥੇ ਉਹਨਾਂ ਦਾ ਪ੍ਰੋਸੈਸ ਚੱਲਣ ਡਿਆ, ਵੇਖੋ ਹੁਣ ਅੱਜ ਉੱਥੇ ਸੰਡੇ ਆ, ਕੱਲ੍ਹ ਮੰਡੇ ਨੂੰ ਉੱਥੋਂ ਡੈੱਡ ਬਾਡੀ ਸ਼ਾਇਦ ਚੱਲੂਗੀ, 2-3 ਦਿਨ ਵਿੱਚ ਆ ਜਾਵੇਗੀ।